ਤਾਜੇ ਦਿਨ ਗੁੱਡ ਮਾਰਨਿੰਗ, ਮੇਰੇ ਨੋਣੇ ਵੀ ਤੈਨੂੰ ਵਿਕਾਰ ਚੱਕ ਗਿਆ ਜੀ, ਮੈਨੂੰ ਪਤਾ ਹੀ ਨਹੀਂ ਲੱਗਿਆ ਬਈ ਰਾਤ ਤਾਜ ਤੈਨੂੰ ਮੇਰੇ ਨਾਲ ਪਈ ਸੀਗੀ। ਅਤੇ ਇਹ ਬਿੰਦਕ ਪਿੱਛੋਂ ਆ ਕੰਬਲ ਲਾਹ ਦੇ, ਕਦੇ ਆਪਦਾ ਤੌਲਗਾ ਲਾਹ ਦੇ, ਕਦੇ ਕੁਛ ਕਰੇ, ਕਦੇ ਕੁਛ ਕਰੇ। ਮੈਂ ਕਿਹਾ ਉਈ ਹੈ ਨਾ ਵੀ ਜਿਵੇਂ ਇਰੀਟੇਟ ਨਹੀਂ ਹੁੰਦਾ ਜਵਾਕ, ਮੈਂ ਕਿਹਾ ਐਂ ਹੁੰਦੀ ਹੋਊਗੀ। ਮੰਮੀ ਨੇ ਮੈਨੂੰ ਮੋਰਨਿੰਗ ਦੱਸਿਆ ਵੀ ਇਹਨੂੰ ਬੁਖਾਰ ਚੜਿਆ ਹੋਇਆ ਸੀਗਾ। ਲੈ ਕੀ ਸੋਚੀ ਜਾਂਦੀ ਆ, ਪਿੱਛੇ ਕਾਰਟੂਨ ਲੱਗੇ ਆ ਉਹ ਦੇਖਦੀ ਹੁੰਦੀ ਆ। ਹਾਂ ਤਾਜ ਵਤਨ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦਾ ਵਾਦੇ। ਹੁਣ ਦੱਸਣ ਲੱਗ ਗਈ ਮੰਮੀ ਨੇ ਦਵਾਈ ਦਿੱਤੀ ਸੀ, ਹੁਣ ਤਾਂ ਠੀਕ ਹੋ ਗਈ। ਸਤਿ ਸ਼੍ਰੀ ਅਕਾਲ ਬੁਲਾਈ, ਬਹੁ ਬੁਲਾਈ ਇਹ ਦੋਨੇ ਤਨਾਂ ਜੋੜ ਕੇ, ਸਤਿ ਸ਼੍ਰੀ ਅਕਾਲ ਵਾਦਿਓ। ਸਤਿ ਸ਼੍ਰੀ ਅਕਾਲ ਬਾਈ, ਕੱਲ੍ਹ ਅਸੀਂ ਸ਼ੈਂਕ ਦੇ ਹੱਥ ਧੋਤੇ, ਇਹਦੇ ਮੈਨੂੰ ਬਾਹਲੇ ਸੋਹਣੇ ਲੱਗੇ। ਸ਼ੈਂਕ ਦੇ ਹੱਥ ਧੋਤੇ ਜੀ ਇਹਦੇ, ਤਾਜ ਵਤਨ ਦੇ। ਆਹੋ ਅੱਜ ਕੇ ਘਰ ਜਾ ਰਹੇ ਰੋਟੀ ਰੋਟੀ ਦੇ ਦੇ ਕੰਧ ਨਾ ਲੱਗੀ ਪਈ ਕੋਲ ਕੇ ਸ਼ਰਟ ਲੱਗੀ। ਸਾਫ ਕਰਦੇ ਸਹੀ ਹੋ ਜੂਗੀ ਕੰਧ। ਦਿਲ ਕਹਿੰਦੇ ਨਾ ਕੇ ਉਹਦੀ ਚਿੱਟੀ ਸ਼ਰਟ ਪਾਈ ਸੀਗੀ, ਦਿਖਾਈ ਉੱਧਰ ਕਰੀ ਮੂੰਹ, ਉੱਧਰ ਕਰੀ ਹੁੰਦੇ ਕਹਿੰਦੇ ਇਹਦਾ ਧੋਣਾ ਆ ਕੇ ਤੇ ਦਾਗ ਦੂਜ ਲੱਗੇ ਨਾ, ਉੱਧਰ ਮੂੰਹ ਕਰੀ ਮੜਿਆ ਪਰਫੈਕਟ ਦਾਗ ਅੱਛੇ ਉਹ ਲੈ ਕੇ ਆਵਾਂ ਦਾਗ ਦੀਆਂ ਦਾ। ਇਹ ਤਾਂ ਹੁਣ ਭਾਪੇ ਨੂੰ ਰੰਗ ਹੀ। ਹਾਂਜੀ 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 ਹਾਂਜੀ, ਪਹਿਲੀ ਇਹਦੀ ਵਿਕਾਰ 'ਚ ਇੱਕ ਗੱਲ ਲੱਗੀ ਸੀ ਹੁਣੇ ਜਿਹਦਾ ਹੈ ਬਈ ਤਾਜੂ ਨੂੰ ਫਿਰ ਬੁਖਾਰ ਹੋ ਗਿਆ ਜੀ, ਹੁਣ ਬੁਖਾਰ ਹੋਇਆ ਹੈ ਨਾ, ਫਿਰ ਇਹਨੂੰ ਦਵਾਈ ਵਾ ਕੇ ਲਿਆਉਣੀ। ਵੈਸੇ ਤਾਂ ਦਿਲ ਕੋਲ ਸ਼ੀਸ਼ੀਆਂ ਲਿਆ ਸੀ ਪਰ ਉਹਦੇ ਨਾਲ ਚੁੰਨੀ ਖਾਣੀਆਂ ਨੇ, ਉਹ ਵੱਢ ਲਈ ਮੈਨੂੰ ਲੱਗਦਾ ਥਰਮਾਮੀਟਰ ਸਹੀ ਨਹੀਂ ਲੱਗਿਆ। ਹੈਂ ਲੱਗਿਆ 99.2 ਖੜ ਜਾ, ਹਜੇ ਜੋ ਟੀ ਟੀ ਕੀਤੀ ਉਹਦਾ ਪਤਾ ਲੱਗੂ। ਲੈ ਕੱਢਤਾ 99.2 ਫਿਰ ਵੀ ਹੈਗਾ ਹੀ ਆ। ਨਹੀਂ ਨਹੀਂ ਫਿਰ ਹਜੇ ਤਾਂ ਸ਼ੁਰੂ ਐਂਡ ਤੱਕ ਦੱਸਦਾ ਹੁੰਦਾ ਇਹ। ਹਾਂ ਜਿੰਨੇ ਚਿਰ ਟੀ ਟੀ ਨਹੀਂ ਕਰਦਾ। ਹਾਂ ਫੜ ਕੇ ਰੱਖ ਵੀਰ ਭਾ ਲਾ ਕੇ ਇਹਦੇ ਤੂੰ ਕਰ ਕਰ ਪਤਾ ਲੱਗ ਜਾਂਦਾ, ਢਿੱਡ ਦੇਖ ਲੈਂਦਾ। ਨਹੀਂ ਇਹਨੂੰ ਨਹੀਂ ਲਾਉਂਦਾ, ਢਿੱਡ ਤੇ ਹੱਥ ਲਾ ਕੇ ਦੇਖ। ਨਹੀਂ ਨਹੀਂ ਤੂੰ ਲਾਈ ਲਾਈ ਕਿੰਨਾ ਦੇਖੀ ਜੋ ਢਿੱਡ ਤਾਂ ਪੇ ਦੇ ਰੂ ਬਖਾਰ ਹੁੰਦਾ ਇਹਨੂੰ ਹੈਗਾ ਆ ਸਿਰ ਪਪੀ ਜਾਂਦਾ, ਪੱਟੀਆਂ ਵੀ ਰੱਖ ਲੈਂਦਾ। ਖੜ ਜੋ ਖੜ ਤੇ ਜਾਓ ਬਿਠਾ ਲਾ ਵੀਰ ਭਾ ਬਿਠਾ ਲਾ। ਹਾਂ ਤਾਜੂ ਤਾਜੂ ਬੇਵਾਪ ਕੀ ਕਲੀ ਜਾਂਦੇ ਜੀ ਬੁੱਤੂ, ਗਰਮੈਸ਼ ਹੁੰਦੀ ਮੈਨੂੰ ਤਾਂ ਲੱਗਦਾ ਇਹਨੂੰ ਪੱਖਾ ਜਿਹੜੀ ਹੋ ਵੀ ਨੱਕ ਵੀ ਬੰਦ ਹੈ ਇਹਦਾ। ਹਾਂ 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 ਅਜੇ ਦੇਖ ਬੁਖਾਰ ਦੇਖ ਕੇ ਬੁੱਤੂ ਹੋਏ ਨਵੀਂ ਰੀਲ ਦੀ ਤਿਆਰੀ ਜੁੱਤੀਆਂ ਖਾਣ ਵਾਲਾ ਚੰਗਾ ਪ੍ਰੋਗਰਾਮ ਬਣਾਉਣਾ ਹੈ ਵਰਪੀ ਦਾ।
ਚਲੋ ਬਈ ਮੱਥਾ ਟੇਕ ਕੇ ਕਿਹੜਾ ਨਾ ਕਿਉਂ ਠੀਕ ਹੈ ਤੇ ਮੈਂ ਫਿਰ ਆਪਣੀ ਉਹੀ ਆ ਚਾਰ ਬੰਦੇ ਤੇ ਪੰਜਵੀਂ ਤੱਕ ਦੀ ਸਾਡੀ ਤਾਂ ਕੁੜੀ ਸੁੱਤੀ ਪਈ ਮੈਨੂੰ ਗਈ ਸੀ ਕਿੰਨੇ ਵਜੇ ਮੂਵੀ ਦਾ ਟਾਈਮ ਗੱਲਾਂ ਬਾਤਾਂ ਹੋ ਗਈਆਂ ਹਾਂ ਮੰਡੀ ਚ ਪਤਾ ਨੀ ਕੀ ਪ੍ਰੋਗਰਾਮ ਆ ਜਗਰਾਤਾ ਵੀਰੇ ਸਾਰੀ ਮੰਡੀ ਤਾਂ ਨੀ ਬੁਲਾਉਂਦੇ ਲੜੀਆਂ ਕੀ ਦੁਸਹਿਰਾ ਹਾਂ ਸੱਚ ਗੱਲ ਸਹੀ ਆ ਕਿਥੇ ਕਿਸੇ ਦੀ ਕਬੀਲਦਾਰੀ ਕਿਥੇ ਚੱਕੀ ਹੁੰਦੀ ਸਹੀ ਗੱਲ ਹੈ ਜਿਹੜਾ ਬੰਦਾ ਫ੍ਰੀ ਹੁੰਦਾ ਨਾ ਉਹਦੇ ਕੰਮ ਜਦੋਂ ਹੁਣ ਮੰਨ ਲਓ ਆਪਾਂ ਕਿਸੇ ਮੁਕਾਮ ਤੇ ਆ ਥੋੜਾ ਜਿਹਾ ਫ੍ਰੀ ਆ ਫੇਰ ਆਪਾਂ ਕਹਿ ਸਕਦੇ ਵੀ ਹਾਂ ਚਲੋ ਆਪਾਂ ਲੋਕਾਂ ਦੀ ਸੇਵਾ ਕਰ ਲਈਏ ਸਹੀ ਗੱਲ ਸਹੀ ਮੇਮਾ ਯਾਰ ਤਾਂ ਸੈਟਲ ਨਹੀਂ ਮਕਸਦ ਤਾਂ ਇਹੀ ਹੈ ਸਰਪੰਚ ਦਾ ਹਾਂਜੀ ਸਹੀ ਗੱਲ ਆ ਬਾਕੀ ਨਹੀਂ ਤਾਂ ਹੁਣ ਤਾਂ ਸਾਰੇ ਪਿੰਡਾਂ 'ਚ ਰੌਲਾ ਪਿਆ ਪਿਆ ਦਿਲ ਖੁਸ਼ਹਾਲ ਕਰਨੇ ਬਹੁਤ ਰੀਲਾਂ ਵੀ ਬਣਾਉਂਗੇ ਇਹ ਟੌਪਿਕ ਤੇ ਅੱਜ ਵੀ ਬਣਾਉਂਗੇ ਦੋ ਤਿੰਨ ਸਾਰੇ ਇਹਨੂੰ ਜਾ ਕੇ ਦੇਖਿਓ ਪੇਂਡੂ ਵਲੌਗਰ ਦੇ ਨਾਲ ਸਫਾਈਆਂ ਸਫੂਈਆਂ ਹੋ ਗਈਆਂ ਤੁਹਾਡੀਆਂ ਹੋ ਗਈਆਂ ਡਨ ਬਸ ਕੰਦੋਲੀਆਂ ਵਾਲਾ ਪਾਸਾ ਰਹਿ ਗਿਆ ਬਾਕੀ ਸਾਰਾ ਡਨ ਅੱਛਾ ਚਲੋ ਵੀ ਹੋ ਜੂਗਾ ਅੱਜ ਤਾਂ ਦਿਨ ਬਾਹਰ ਪਏ ਆ ਅੱਜ ਲੈਟ ਹੈ ਨਹੀਂ ਸੀ ਅੱਜ ਹੋ ਜਾਣਾ ਸੀ ਅੱਜ ਤਾਂ ਲੇਟ ਹੈ ਨਹੀਂ ਅੱਜ ਮਸਵੇਰ ਦੀ ਗਈ ਹਾਂ ਨਾ ਕੱਲ ਪਰਸੋਂ ਆਪਣੇ ਹੈ ਨਹੀਂ ਸੀ ਵੀਰੇ ਪਰਸੋਂ ਸਾਡਾ ਵਾਈਫਾਈ ਬੰਦ ਹੋਇਆ ਪਿਆ ਸੀ ਜਦੋਂ ਦੇਖ ਨੂੰ ਵਟਿਆ ਪਿਆ ਸੀ ਉਦੋਂ ਉਦੋਂ ਦਾ ਉਹ 2 ਮਿੰਟ ਹੀ ਹੋਇਆ ਸੀ ਕੱਲ ਦਾ ਤੜਕੇ ਦਾ ਪਰਸੋਂ ਤੜਕੇ ਦਾ ਲੈ ਕੇ ਕੱਲ ਸ਼ਾਮ ਨੂੰ ਨੇਰੇ ਹੋਏ ਹੋਇਆ ਨਹੀਂ ਪਰਸੋਂ ਸ਼ਾਮ ਜਨ ਬੰਦ ਹੋ ਗਏ 5 ਕੁ ਵਜੇ ਫੋਨ ਕੋਈ ਨੀ ਮਿਲ ਜੂ ਤੈਨੂੰ ਭਾਬੀ ਵੀਰੇ ਨੂੰ ਬੈਗ ਚ ਕੀ ਬੱਟੇ ਪਾ ਕੇ ਲਿਆ ਹਰੇਕ ਵਾਰੀ ਕਹਿ ਰਹੀ ਹੁੰਦੀ ਆ ਪਾਣੀ ਦੀਆਂ 2 ਬੋਤਲਾਂ ਵਿੱਚ ਤੇ ਲੋ ਬਈ ਹੁਣ ਆਪਣੀ ਮੂਵੀ ਦੇ ਵਿੱਚ ਸਿਰਫ 2 ਮਿੰਟ ਰਹਿ ਗਏ ਤੇ ਫਿਰ ਆਪਾਂ ਪਹੁੰਚ ਗਏ ਹੈ ਆਪਾਂ ਆਲਵੇਸ ਲੇਟ ਹੋਣਾ ਕਦੇ ਨਹੀਂ ਪਹਿਲਾਂ ਆ ਕੇ ਵੇਟਿੰਗ 'ਚ ਜਿੱਦਣ ਮੈਂ ਡੈਡੀ ਅਰਗਣ ਆਈ ਸੀਗੀ ਉਦੋਂ ਅਸੀਂ ਵੇਟ ਕੀਤੀ ਸਮਾਂ ਦੀ ਬਹਿ ਕੇ ਪਰਚੀ ਦੇ ਆਪਾਂ ਪਹੁੰਚ ਗਏ ਹੌਲੀ ਹੌਲੀ ਵੀਰਾ ਪਰਚੀ ਲੈ ਕੇ ਆਜੂਗਾ ਚਲੋ ਹੈ ਤਾਂ ਕੋਈ ਨਹੀਂ ਉੱਥੇ ਮੈਨੂੰ ਐਤਵਾਰ ਨੂੰ ਪਹੁੰਚ ਗਏ ਅੱਜ ਫਿਰ ਚੱਲ ਕੋਈ ਨਹੀਂ ਫੈਮਲੀਆਂ ਦੀ ਫੈਮਲੀ ਦੇਖ ਲਾਉਂਗਾ ਹੁਣ ਤਾਂ ਮੂਵੀ ਚਲੋ 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 ਹੈਂ
ਕਾਹਦੇ ਵਾਸਤੇ? ਕਰਾਊਡ ਕਰਕੇ ਹੁਣੇ ਆ। ਅੱਛਾ, ਅੱਜ ਸੰਡੇ ਕਰਕੇ ਕਰਾਊਡ ਜ਼ਿਆਦੇ ਆ। ਚਲੋ ਅਸੀਂ ਪਹੁੰਚੀਏ ਵੀਰੇ, ਆਪਾਂ ਉਹਦੇ ਚ ਜਾ ਵੜਦੇ ਜਿਹੜੀ ਸਾਹ ਤਾਂ ਖੜੀ। ਦੂਸਰਾ ਪਤਾ ਖੜੇ ਖੜਨਾ ਕਿੰਨਾ ਪੈਣਾ ਸੀ ਕਿੱਥੇ, ਇੱਕ ਮਿੰਟ ਜਿਹਾ ਪਰ। ਹਾਂ ਰਸ਼ ਵੀ ਆ, ਸਹੀ ਗੱਲ ਆ। ਤਕਦੀਰ ਨੇ ਅੱਜ ਮੈਂ ਸਕਰਟ ਪਾਈ ਦੇਖੀ ਨਾਲ ਜੱਗੇ ਦੇ। ਆਹੋ, ਟਿਕਟਾਂ ਤੋਂ ਬਿਨਾਂ ਐਂਟਰ ਵੀ ਨਹੀਂ ਕਰਦੇ ਨਾ। ਅੱਜ ਕੋਈ ਆਇਆ ਵੇ, ਮੈਂ ਇਹਨਾਂ ਨੂੰ ਕਹੀ ਜਾਂਦੀ ਸੀ ਪਰ ਇਹਨਾਂ ਨੇ ਮੇਰੀ ਮੰਨੀ ਨਹੀਂ। ਤੈਨੂੰ ਬੁਲਾ ਕੇ ਲੈ ਜਾਵਾਂਗੇ, ਮੈਨੂੰ ਬੁਲਾ ਕੇ ਲੈ ਜਾਣਗੇ। ਕੌਣ ਆਇਆ ਹੋਇਆ? ਲਓ ਬਈ ਭੱਜ ਲਓ ਕਿੱਥੇ। ਹੋਏ ਓਏ, ਅੱਜ ਸ਼ੁਕਰਾਨਾ ਕੋਲ ਫੋਟੋ ਖਿਚਾਈ ਰਹੀ ਆ ਮਿੰਦਰ, ਪੋਸਟਰ ਲੱਗਿਆ ਹੋਇਆ। ਸੰਡੇ ਨੂੰ ਹੀ ਆ ਗਏ, ਭੱਜ ਲਓ ਹੋਏ। ਨਾਲੇ ਕੁੜੀ ਚੱਕੀ ਵੀਰੇ ਕੋਲੇ, ਆਪਾਂ ਨੂੰ ਉਹਦੇ ਜਾਣਾ ਪਊਗਾ ਪੌੜੀਆਂ ਤੇ। ਹੈਂ, ਪੌੜੀਆਂ ਤੇ ਜਾਣਾ ਪਊਗਾ ਸਾਨੂੰ ਬਈ। ਅੱਜ ਇੰਨਾ ਰਸ ਹੈ, ਮਸਾਂ ਸਾਡੀ ਵਾਰੀ ਆਊਗੀ। ਸਾਡੇ ਬੰਦੇ ਬਹੁਤ ਵੇਟਿੰਗ ਲਿਸਟ 'ਚ ਖੜੇ ਆ। ਤਕਦੀਰ ਮੇਰੇ ਨਹੀਂ ਜਾਗਦੀ ਸੀਗੀ ਕਿੱਥੇ, ਲੈ ਇਹਦੇ ਕੋਲ ਖੜਾ ਖਿਚਾਉਣੀ ਸੀ ਫੋਟੋ। ਇੰਨੀ ਸੋਹਣੀ ਫੋਟੋ ਲਾਈ ਇਹਨਾਂ ਨੇ। ਹੈਂ, ਸਾਰੇ ਵੀਰੇ ਕਹਿੰਦਾ ਸਾਰੀਆਂ ਟਿਕਟਾਂ ਬੁੱਕ ਆ। ਦੇਖੋ ਇੰਨੀ ਤਕੜੀ ਮੂਵੀ ਦੇਖਣ ਆਏ ਆਪਾਂ ਅੱਜ। ਹਾਂ, ਆਪਾਂ ਤਕੜੀਆਂ ਦੇਖਣ ਆਉਣੇ ਆ। ਆਹ ਦੇਖ ਲਓ ਹਾਲ ਸਰ ਬਣਵੀਰ, ਦੱਸੋ ਮੂਵੀ ਕਿਵੇਂ ਸੀ ਵੀਰੇ? ਵਧੀਆ ਸੀ, ਐਂਡ ਥੋੜਾ ਜਿਹਾ ਹਲਕਾ ਸੀਗਾ। ਹਾਂ, ਜੇ ਸਭ ਨਾਲ ਮੂਵੀ ਪੂਰੀ ਤਾਕੜ ਸੀ, ਇੰਟਰਵਲ ਤੋਂ ਪਹਿਲਾਂ ਵੀ, ਇੰਟਰਵਲ ਤੋਂ ਬਾਅਦ ਵੀ। ਹੈ ਹਾਂ, ਨੀਰੂ ਬਾਜਵਾ ਨੇ ਐਂਡ ਵਧੀਆ ਕੀਤਾ। ਚਲੋ ਚੱਲੀਏ, ਪਹੁੰਚੀਏ। ਲਓ ਭਾਈ, ਮੂਵੀ ਵੇਖ ਕੇ ਆਪਾਂ ਘਰੇ ਆ ਗਏ ਤੇ ਮੂਵੀ ਸੀਗੀ ਬਹੁਤ ਜ਼ਿਆਦਾ ਸੋਹਣੀ, ਇਮੋਸ਼ਨਲ ਮੂਵੀ ਸੀਗੀ। ਅਤੇ ਵੈਸੇ ਹੁਣ ਤੱਕ ਆਪਾਂ ਜਿੰਨੀਆਂ ਕੁ ਮੂਵੀਆਂ ਦੇਖੀਆਂ, ਬੀਬੀ ਰਜਨੀ, ਅਰਦਾਸ, ਇਹ ਬਹੁਤ ਸੋਹਣੀਆਂ ਮੂਵੀਆਂ ਨੇ। ਤੁਸੀਂ ਵੀ ਜਾ ਕੇ ਜ਼ਰੂਰ ਥੀਏਟਰ ਦੇਖ ਕੇ ਆਇਓ। ਹਾਊਸਫੁੱਲ ਚੱਲੀ ਜਾਂਦੇ ਆ। ਅਤੇ ਜਦੋਂ ਆਉਂਦੇ ਸੀਗੇ ਆ ਗਿਆ ਆਪਾਂ ਚੱਕੀ ਤਾਜਵਦਨ, ਮੇਰਾ ਪੁੱਤ ਹੁਣ ਠੀਕ ਹੈ, ਬੁਖਾਰ ਇਹਨੂੰ ਹੈ ਨਹੀਂ ਗਾ, ਤੜਕੇ ਤੜਕੇ ਸੀਗਾ। ਅਤੇ ਮੰਮੀ ਕਹਿੰਦੀ ਇਹਨੂੰ ਚੱਕਣਾ, ਮੈਂ ਕਿਹਾ ਠੀਕ ਹੈ ਚੱਕ ਲੈਂਦੇ ਹਾਂ। ਅਤੇ ਇੱਧਰ ਆਪਣੇ ਘਰ ਦੇ ਜਿਹੜੇ ਸ਼ੈਫ ਆ ਉਹ ਬਣਾਈ ਦੇ ਚੀਜ਼ ਅਤੇ ਚਿੱਲੀ। ਅਤੇ ਮੈਂ ਸੋਚਿਆ ਵੀ ਅੱਜ ਤੁਹਾਨੂੰ ਰੈਸਪੀ ਵੀ ਦੇ ਦਈਏ। ਕਈ ਭੈਣਾਂ ਦੇ ਮੈਸੇਜ ਸੀਗੇ ਵੀ ਚੀਜ਼ ਚਿੱਲੀ ਦੀ ਰੈਸਪੀ ਜ਼ਰੂਰ ਦਿਓ। ਅਤੇ ਸਭ ਤੋਂ ਪਹਿਲਾਂ ਆਪਾਂ ਜਿਹੜੇ ਗੰਢੇ ਆ ਇਹ ਭੁੰਨਾਂਗੇ, ਅਤੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਐਡ ਕਰੀ ਜਾਵਾਂਗੇ। ਤਾਂ ਤੁਹਾਨੂੰ ਆਪਾਂ ਹੈਂ ਪਹਿਲਾਂ ਪਾਇਆ ਘਿਓ, ਫਿਰ ਪਾਇਆ ਜੀਰਾ, ਹਾਂ ਫਿਰ ਪਾਇਆ ਪਿਆਜ਼, ਹੁਣ ਪਾਇਆ ਪਿਆਜ਼। ਅਤੇ ਉਸ ਤੋਂ ਬਾਅਦ ਹੁਣ ਜਿਵੇਂ ਜਿਵੇਂ ਜਿਹੜੀਆਂ ਜਿਹੜੀਆਂ ਚੀਜ਼ਾਂ ਐਡ ਕਰਾਂਗੇ, ਕਿੰਨਾ ਕੁ ਭੁੰਨਣਾ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸੀ ਚੱਲਾਂਗੇ। ਅਤੇ ਇੱਧਰ ਜਿਹੜੇ ਬੰਦੇ ਆ ਇਹ ਜਿਹੜੀ ਆਪਦੀ ਕੁੜੀ ਖੋਹ ਕੇ ਲੈ ਗਏ ਬੈਠੇ। ਬਈ ਬੱਬੂ, ਇੰਨਾ ਨਹੀਂ ਵੀ ਜਵਾਕ ਖੋਹੀਦਾ ਹੁੰਦਾ ਕਿਸੇ ਤੋਂ ਵੀ, ਜੇ ਬੰਦੇ ਕੋਲ ਚੱਕਿਆ ਹੋਇਆ ਤਾਂ ਫਿਰ ਐਂ ਹੀ ਖੋਹ ਲਓ। ਉੱਠ ਕਿਹੜੀ ਨਹੀਂ, ਇਹ ਗੁੱਗਾ ਪੁੱਤ ਜਾਂ ਮੈਂ ਤਾਂ ਬਾਹਲਾ ਤਰਸਾ ਹੀ ਆ ਵੇ। ਇਹ 'ਚ ਬੱਬੂ ਵੀ ਕਹੀ ਜਾਵੇ, ਹਾਏ ਇਹਦਾ ਮੂੰਹ ਲਾਲ ਹੋਇਆ ਪਿਆ, ਹਾਏ ਐਂ ਹੋਈ ਪਈ ਆ ਕੁੜੀ। ਲੈ ਮੰਜੇ 'ਤੇ ਪੈਂਦੀ ਨਹੀਂ ਬੱਬੂ, ਉਹ ਕਹਿੰਦੀਆਂ ਹੱਸ ਪਿਓ ਤਾਂ ਹੋ ਹੀ ਜਾਂਦੀ। ਭੂਈ ਕਿੱਥੇ ਗਈਆਂ ਮੀਆਂ ਜੀ, ਪੁੱਤਾਂ ਕਿੱਥੇ ਗਈਆਂ ਜੀ, ਭੂਈਆਂ ਕਿੱਥੇ ਗਈਆਂ ਜੀ, ਮੇਰੇ ਕਾਕੇ ਦੀਆਂ ਭੂਈਆਂ। ਬਈ ਇੱਧਰ ਆਪਣੀਆਂ ਜਿਹੜੀਆਂ ਸੌਸਾਂ ਪਾਵਾਂਗੇ ਆਪਾਂ, ਜਿਹੜਾ ਕੁਛ ਹੋਏਗਾ ਸਾਰਾ ਕੁਛ ਆਪਾਂ ਤੁਹਾਨੂੰ ਐਡ ਕਰਕੇ ਦੱਸਾਂਗੇ। ਅਤੇ ਸਭ ਤੋਂ ਜਿਹੜਾ ਪਹਿਲਾ ਕੰਮ ਆਪਣਾ, ਡਰੈਸ ਚੇਂਜ ਕਰਕੇ ਆਉਣੀ ਹੈ। ਤੁਹਾਨੂੰ ਪਤਾ ਵੀ ਇਹ ਤਾਂ ਮੂਵੀ ਵਾਲੀ ਡਰੈਸ ਸੀਗੀ, ਹੁਣ ਜਿਹੜੀ ਹੋਮ ਡਰੈਸ ਦੇ ਵਿੱਚ ਆਉਣਾ ਆਪਾਂ ਉਹ ਪਾ ਕੇ ਆਉਣਾ। ਉਹਨਾਂ 'ਚ ਗਰੰਟੀ ਜਿਹੜੇ ਗੰਢੇ ਆ ਉਹ ਪਾਉਂਦੀ ਆ, ਤਾਂ ਜੋ ਤੈਨੂੰ ਆਪਾਂ ਪਾਤਾ ਹੀ ਖੇਡ ਲਓ। ਲਓ ਬਈ, ਸਰਪੰਚੀ ਦਾ ਜਿਹੜਾ ਕਾਰ ਵਿਹਾਰ ਆ ਸਾਰੇ ਪਿੰਡਾਂ ਦੇ ਵਿੱਚ ਚੱਲੀ ਜਾਂਦਾ, ਆਪਾਂ ਵੀ ਅੱਜ ਦੇਖ ਲਿਆ। ਮੈਂ ਦੂਜੇ ਵਲੌਗ 'ਚ ਰਿਕਾਰਡ ਕਰਕੇ ਸਾਡੇ ਪਿੰਡ 'ਚ ਵੀ ਸਰਪੰਚੀ ਦਾ ਜਿਹੜਾ ਪੂਰਾ ਪ੍ਰੋਗਰਾਮ ਚੱਲੀ ਜਾਂਦਾ। ਇੱਧਰ ਦੇਖ ਬਾਪੂ ਨਾ ਜਿੱਦਾਂ ਬਣਾਇਆ ਸਰਪੰਚੀ ਕਹਿੰਦੇ ਇੱਦਾਂ।
ਲਓ ਬਈ ਬੱਬੂ ਇਧਰ ਪਨੀਰ ਕੱਟੀ ਜਾਂਦੀ ਹੈ ਤੇ ਪਨੀਰ ਦੇ ਜਿਹੜੇ ਪੀਸ ਆ ਇਹ ਐਡੇ ਪਾਉਣੇ ਆ ਪਾਜੀ ਵੱਡੇ ਵੀ ਕਰ ਸਕਦੇ ਹੋ ਇਹ ਤਾਂ ਮੈਂ ਉਹੀ ਨਿੱਕੇ ਕਰ ਦਿੰਨੀ ਹੈਗੀ ਹਾਂ ਕਿਉਂਕਿ ਤੁਹਾਨੂੰ ਆਇਆ ਖਾਣ ਦਾ ਹਿਸਾਬ ਜਿਆ ਇੱਕ ਕੌਲੀ ਜੀ ਦੋ ਤਿੰਨ ਫੜਨਗਾ ਜਾ ਵੜਨਗਾ ਫਿਰ ਤੇ ਕਿਤੇ ਪੰਜ ਸੱਤ ਜਾ ਵੜਨਗਾ ਤਾਂ ਕਰਕੇ ਠੀਕ ਹੈ ਇਹ ਹੁਣ ਬੱਬੂ ਕਟਿੰਗ ਕਰ ਦੂਗੀ ਤੇ ਇਧਰ ਆਂਟੀ ਨੇ ਜਿਹੜੇ ਪਿਆਜ਼ ਆ ਉਹ ਆਲਮੋਸਟ ਲੈ ਭੁੰਨ ਤੇ ਵਿੱਚ ਪਾ ਦੀ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਥੋੜੀ ਨਹੀਂ ਪਾਈ ਹੈ ਬਹੁਤ ਆ ਠੀਕ ਆ ਬਸ ਹੁਣ ਇਹ ਭੁੱਜ ਜਾਣ ਦਿਓ ਥੋੜੀ ਜੀ ਫਿਰ ਉਸ ਤੋਂ ਬਾਅਦ ਜਿਹੜੇ ਇਨਗਰੀਡੀਐਂਟਸ ਆਪਾਂ ਐਡ ਕਰਾਂਗੇ ਉਹ ਮੈਂ ਤੁਹਾਨੂੰ ਜ਼ਰੂਰ ਦਿਖਾਉਂਗੀ ਤੇ ਮੈਂ ਇੱਕ ਚੀਜ਼ ਹੋਰ ਤੁਹਾਨੂੰ ਦਿਖਾਉਣਾ ਚਾਹਣੀ ਆ ਵੀ ਡੈਡੀ ਨੇ ਜਿਹੜੀਆਂ ਅੱਜ ਤਾਜ਼ਾ ਤੁਹਾਨੂੰ ਖੇਡਾਂ ਲਿਆ ਕੇ ਦਿੱਤੀਆਂ ਆਪਦੇ ਰਿਵਾਜ ਦੇ ਅਕੋਰਡਿੰਗ ਲਿਆ ਕੇ ਦਿੱਤੀਆਂ ਦੇਖੋ ਬਈ ਆ ਇਹਨੂੰ ਕੀ ਕਹਿੰਦੇ ਆਂਟੀ ਮੱਝ ਆ ਇਹ ਆ ਮੱਝ ਦਾ ਕਟਰੂਆ ਇੱਕ ਤੋਤਾ ਕਹਿੰਦੇ ਨਾ ਗੂੜੇ ਰੰਗਾਂ ਦੀਆਂ ਚੀਜ਼ਾਂ ਲਿਆ ਕੇ ਦਿਓ ਵੀ ਇਹ ਚੱਕ ਕੇ ਉਹਨਾਂ ਨਾਨੀ ਠੀਕ ਹੈ ਤੇ ਇੱਕ ਲਿਆ ਕੇ ਦਈਏ ਖੁੰਬ ਮੰਮੀ ਨੂੰ ਇੰਨੇ ਦਿਨ ਹੋ ਗਏ ਸੀ ਇਹ ਕਾਹਦੇ ਵਾਸਤੇ ਆ ਅੱਛਾ ਅੱਛਾ ਤਾਂ ਲਿਆ ਕੇ ਦਿੱਤੀ ਆ ਲੈ ਤਾਂ ਆਏ ਦਿੰਦੇ ਨਵੇਂ ਟੋਇਸ ਲਿਆਤੇ ਬਈ ਦਾਦੂ ਨੇ ਅੱਜ ਹੈ ਦਾਦੂ ਅੱਜ ਹੀ ਟਾਈਮ ਲੱਗਿਆ ਜੀ ਮੇਰੇ ਪੁੱਤ ਨੂੰ ਖਿਡੌਣੇ ਲਿਆ ਕੇ ਦੇਣ ਦਾ ਲੈ ਕਹਿੰਦੀ ਹਾਂ ਬੁਖਾਰ ਚੜੇ ਸੀ ਤੈਨੂੰ ਦਿਨੇ ਬੋਲਦੀ ਨਹੀਂ ਸੀ ਕਿਸੇ ਨਾਲ ਹੁਣ ਬਾਹਲੀ ਸ਼ੁਕਰੀ ਵੀ ਆ ਲਓ ਬਈ ਹੁਣ ਆਪਾਂ ਪਾਤੀ ਪਹਿਲਾਂ ਸਭ ਤੋਂ ਪਹਿਲਾਂ ਸੋਇਆ ਸੌਸ ਇਹ ਜ਼ਿਆਦਾ ਨਹੀਂ ਪਾਉਣੀ ਹੈ ਥੋੜ੍ਹਾ ਜਿਹਾ ਹੋਰ ਹੀ ਸਮੈਲ ਜਿਹੀ ਆਉਣ ਲੱਗ ਜਾਂਦੀ ਹੈ ਇਹ ਇੰਨੀ ਬਸ ਬਸ ਬਹੁਤ ਆਂਟੀ ਬਸ ਹੁਣ ਮਾਰਦੇ ਕਰਛੀ ਲਓ ਬਈ ਪਹਿਲਾਂ ਆਪਾਂ ਸਭ ਤੋਂ ਪਾਈਏ ਸੋਇਆ ਸੌਸ ਹੁਣ ਮੈਂ ਦਿਖਾ ਦੂੰਗੀ ਆਪਣੇ ਸੋਇਆ ਸੌਸ ਕਿਹੜੀ ਲਿਆਉਂਦੀ ਜੀ ਉਸ ਤੋਂ ਬਾਅਦ ਪਾ ਦੇ ਟਮਾਟੋ ਕੈਚਅਪ ਇਹ ਵੀ ਟੇਸਟ ਦੇ ਅਕੋਰਡਿੰਗ ਹੀ ਵੈਸੇ ਇਹ ਥੋੜ੍ਹੀ ਜ਼ਿਆਦਾ ਪੈ ਜਾਂਦੀ ਹੈ ਸੋਇਆ ਸੌਸ ਨਾਲੋਂ ਹਾਂ ਹੋਰ ਪਾ ਦੇ ਆਂਟੀ ਪਾ ਦੇ ਬਹੁਤ ਆ ਬਸ 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 ਲਓ ਬਈ ਇੰਨੀ ਆਪਾਂ ਪਾਤੀ ਸੋਇਆ ਸੌਸ ਆ ਦੂਜੀ ਟਮਾਟੋ ਕੈਚਅਪ ਹੁਣ ਆਪਾਂ ਇਹਨੂੰ ਕਰ ਦਈਏ ਮਿਕਸ ਤੇ ਆਂਟੀ ਪਾ ਦੂਗੀ ਲੂਣ ਮਿਰਚ ਆਂਟੀ ਪਾਈ ਲੂਣ ਮਿਰਚ ਲੂਣ ਮਿਰਚ ਆਪਾਂ ਆਪਦੇ ਸਵਾਦ ਦੇ ਅਨੁਸਾਰ ਹੀ ਪਾਉਣਾ ਕਿਹੜੇ ਕਿਹੜੇ ਮਸਾਲੇ ਪਾਵਾਂਗੇ ਇਹ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਨੂਣ ਆਂਟੀ ਨੇ ਪਾਤਾ 3 ਚਮਚੇ ਨੂਣ ਦੇ ਉਸ ਤੋਂ ਬਾਅਦ ਪਾਤੀ ਚਿੱਲੀ ਘਰੇ ਵਾਲੀ ਆਪਣੀ ਪਿਆ ਕਿਹੜੀ ਪਾਤੀ ਮੁੱਲ ਵਾਲੀ ਠੀਕ ਹੈ ਹੁਣ ਇਹ ਤੋਂ ਬਾਅਦ ਬਸ ਬਸ ਆਹੀ ਕੁਛ ਪਾਉਣਾ ਆਪਾਂ ਉਹ ਸਭ ਤੋਂ ਮੇਨ ਇਨਗਰੀਡੀਐਂਟ ਆ ਬਾਈ ਚੀਜ਼ ਚਿੱਲੀ ਦਾ ਕਿਉਂਕਿ ਉਹ ਜਿਹੜੀ ਉਹ ਚੀਜ਼ ਨਾਲ ਕਲਰ ਆਉਂਦਾ ਨਾ ਬਹੁਤ ਜ਼ਿਆਦਾ ਸੋਹਣਾ ਹੁੰਦਾ ਆਹ ਬੱਬੂ ਨੇ ਚਪੜਾ ਦੀ ਇਹਨੂੰ ਖਾ ਲੈਣਾ ਕੀ ਇਹ ਪਾਉਂਦੀ ਆ ਤਾਜੀ ਪਾਉਣਾ ਮੂੰਹ ਚ ਖੁੰਭ ਪਾਉਣਾ ਮੂੰਹ ਚ ਹਾਂਜੀ ਲੋ ਬਈ ਤੇ ਅੱਜ ਦਿਲ ਖੁਸ਼ ਹਰ ਕੇ ਰਾਈਡ ਕਰਨ ਗਏ ਵੇ ਆ ਪਤਾ ਕਿੱਥੇ ਆ ਵੀ ਆਉਣੀ ਆ ਮੈਂ ਫਿਰ ਪਾਉਣੇ ਆ ਚੰਗਾ ਦਿਲ ਖੁਸ਼ ਅੱਜ ਹਰ ਗਿਆ ਅੱਜ ਰਾਈਡ ਕਰਨ ਗਏ ਵੇ ਆ ਪੁੱਛੋ ਸਾਈਕਲਾਂ ਤੇ ਮੈਂ ਇੱਧਰ ਲਈ ਲਾਈਟ ਛੱਡਦਾ ਮੈਂ ਡੈਡੀ ਨੂੰ ਆਖਿਆ ਨਾ
ਜਿਹੜੀ ਹੁਣ ਆਪਾਂ ਇੱਥੇ ਲਾਈਟ ਲਵਾਈ ਵੀ ਹੈ ਇਹ ਇੰਨਾ ਚਾਹ ਲੈਣਾ ਦੇਖੋ। ਤੇ ਮੈਂ ਡੈਡੀ ਨੂੰ ਕਿਹਾ, ਮੈਂ ਕਿਹਾ ਇੱਕ ਆਪਣੇ ਉੱਧਰਲੀ ਸਾਈਡ ਵੀ ਲਵਾ ਦਿਓ ਵੀ ਜਦੋਂ ਆਪਣਾ ਅਮਨਿੰਦਰ ਦੇ ਵਿਆਹ ਵੇਲੇ ਹੁਣ ਕੜਾਹੀ ਚੜੂਗੀ ਫਿਰ ਉਹ ਦੂਆ ਰੋਟੀ ਰੋਟੀ ਪੱਕਦਾ ਫਿਰ ਬੁੜੂਆਂ ਨੂੰ ਇੱਥੇ ਹਨੇਰਾ ਜਿਹਾ ਲੱਗਦਾ ਹੁੰਦਾ। ਮੈਂ ਕਿਹਾ ਆਹ ਖੂੰਜੇ 'ਤੇ ਲਵਾ ਦਾਂਗੇ ਹਨਾ ਆਂਟੀ, ਉਹਦੇ ਨਾਲ ਦੀ ਲਾਈਟ। ਮੈਂ ਕਿਹਾ ਆਪਾਂ ਇੱਧਰ ਖੂੰਜੇ 'ਤੇ ਲਵਾ ਕੇ ਪੂਰੀ ਰੋਸ਼ਨੀ ਹੋ ਜੂਗੀ। ਹਾਂ ਅਤੇ ਆਪਾਂ ਥੋੜ੍ਹਾ ਜਿਹਾ ਹੁਣ ਫੂਡ ਕਲਰ ਐਡ ਕਰਾਂਗੇ ਅਤੇ ਫੂਡ ਕਲਰ ਦੇ ਨਾਲ ਤੁਸੀਂ ਦੇਖਿਓ ਵੀ ਕਿੰਨਾ ਕਲਰ ਚੇਂਜ ਹੁੰਦਾ ਇਹਦਾ। ਆਂਟੀ ਢੱਕਣ 'ਤੇ ਪਾ, ਪਾੜਾ ਢੱਕਣ 'ਤੇ ਪਾਈ। ਉੱਧਰ ਕੱਦੂ ਦੀ ਸਬਜ਼ੀ ਬਣੀ ਹੈ ਕਿਉਂਕਿ ਅਸੀਂ ਪਨੀਰ ਪਨੂਰ ਖਾਣਾ ਨਹੀਂ। ਪਾ ਦੇ ਆਂਟੀ, ਹਾਂ ਬਹੁਤ ਜ਼ਿਆਦਾ ਹੋ ਜਾਣਾ ਇਹਦਾ ਕਲਰ। ਬਸ 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 ਆਂਟੀ ਵਾਧੂ ਦੇਖੋ ਇਹਦਾ ਕਲਰ ਪਾਤਾ ਲਿਬੜਾ ਢੱਕਣ ਝਾੜਦੇ ਕੋਈ ਨਹੀਂ ਲਓ ਵੀ। ਪਤਾ ਕੀ ਹੈ ਜੇ ਆਪਾਂ ਅਨਹੈਲਦੀ ਬਣਾਉਣੀ ਹੈ ਤਾਂ ਇਹਨੂੰ ਫਰਾਈ ਕਰਕੇ ਪਾ ਸਕਦੇ ਹਾਂ, ਜੇ ਥੋੜ੍ਹੀ ਹੈਲਦੀ ਬਣਾਉਣੀ ਹੈ ਤਾਂ ਫਰਾਈ ਕਰਕੇ ਨਾ ਪਾਇਓ। ਸਹੀ ਗੱਲ ਹੈ ਹਨਾ ਅਮਿੰਦਰ, ਫਿਰ ਉਹ ਕੀ ਫਾਇਦਾ ਪਨੀਰ ਤਾਂ ਪਨੀਰ ਹੀ ਖਾਣਾ, ਇਹਨੂੰ ਫਰਾਈ ਕਰਕੇ ਖਾਣਾ ਦਾ ਕੀ ਫਾਇਦਾ। ਹਾਂ ਧੂੰਆਂ ਨਾ ਕਰ, ਫੂਕ ਮਾਰਦੇ ਫੂਕ ਨਹੀਂ ਲੈ ਕੇ। ਚੱਲ ਕੋਈ ਨਹੀਂ ਉਹ ਹਵਾ ਵਗੀ ਜਾਂਦੀ ਨਾ ਤਾਂ ਕਰਕੇ। ਚੱਲ ਆਂਟੀ ਪਾ, ਹੁਣ ਆਪਾਂ ਕਰਤਾ ਪਨੀਰ ਐਡ। ਲੈ ਆਂਟੀ ਹੁਣ ਹਲਾ ਦੇ ਹੌਲੀ ਹੌਲੀ ਤਾਂ ਕਰਕੇ ਆਪਾਂ ਖੁਰਚਨੇ ਨਾਲ ਬਣਾਉਣੇ ਆ। ਹੈ ਭਾਬੀ ਨੇ ਮੇਰੇ ਤੋਂ ਪਾਤੀ ਡਿੱਗ ਵੀ, ਭਾਬੀ ਉੱਧਰ ਕੱਦੂ ਤੜਕਾ ਲੱਗ ਗਈ ਆ, ਇੱਧਰ ਅੱਗ ਮਚਾਉਣਾ ਤੇ ਭਾਬੀ ਉਠਾਈ ਵੀ ਆ। ਵੇਖੀ ਜੱਲੋ ਕਲਰ ਤੁਸੀਂ ਹੈ ਚਮਕਦੀ। ਹਾਂ ਮੈਂ ਉਹੀ ਕਹੀ ਹੁੰਦੀ ਹਾਂ, ਬਸ ਇਹ ਤੋਂ ਬਾਅਦ ਇਹਨੂੰ ਥੋੜ੍ਹਾ ਹੀ ਸੇਕ ਲੱਗੂ, ਕੋਈ ਬਾਹਲਾ ਜ਼ਿਆਦਾ ਨਹੀਂ ਲੱਗਦਾ, ਘਰ ਦਾ ਹੀ ਪਨੀਰ ਆਪਣਾ ਸਾਰਾ। ਭਾਬੀ ਮਾੜਾ ਜਿਹਾ ਹੋਣਾ ਕਰ, ਫੂਕ ਨਹੀਂ ਨਾ ਚਲਾ। ਓਕੇ ਬਸ ਬਸ ਲਓ ਬਈ, ਹੁਣ ਜਦੋਂ ਆਪਣੀ ਥੋੜ੍ਹਾ ਜਿਹਾ ਹੋਰ ਸੇਕ ਲਵਾਵਾਂਗੇ ਜਦੋਂ ਚੀਜ਼ ਚਲੀ ਰੈਡੀ ਹੋਊਗੀ ਤਾਂ ਆਪਾਂ ਤੁਹਾਨੂੰ ਉਦੋਂ ਦਿਖਾਉਣੇ ਆ। ਦੇਖੀ ਓਏ ਮੱਝ ਦਾ ਬੱਚਾ, ਤੈਨੂੰ ਮੱਝ ਦਾ ਬੱਚਾ, ਓਏ ਤੂੰ ਕਿਹਦਾ ਬੱਚਾ, ਮੰਮਾ ਦਾ, ਤੂੰ ਕਿਹਦਾ ਬੱਚਾ ਇਹ ਪਤਾ ਨਹੀਂ, ਕਿਹਦਾ ਬੱਚਾ ਤੂੰ, ਭੂਈ ਦਾ। ਆਹ ਬਾਲਾ ਮਜ਼ਾ ਆਉਂਦਾ ਨਾ, ਮੰਮੀ ਨੂੰ ਕਿੰਨੇ ਦਿਨਾਂ ਦੀ ਰੱਟ ਲੱਗੀ ਵੀ ਸੀ ਕੁੜੀ ਨੂੰ ਖੁੰਬ ਲਿਆ ਕੇ ਦੇਣੀ ਆ, ਕੁੜੀ ਨੂੰ ਖੁੰਬ ਲਿਆ ਕੇ ਦੇਣੀ ਆ। ਹੈਂ ਪਾਪੇ ਨੂੰ ਤੋਤੇ ਦੀ ਸੀ। ਹਾਂ ਉਹ ਕਹਿੰਦੇ ਆ ਡਾਰਕ ਜਿਹਾ ਕਲਰ ਦੇਖਿਆ ਕਰੂਗੀ ਇਹ, ਕਿ ਹੁਣ ਬਈ ਤਾਜ ਵਦਨ ਦੀ ਡਿਊਟੀ ਐਂ ਹੋ ਜਾਂਦਾ, ਜੇ ਮੈਂ ਵਿਹਲੀ ਹਾਂ ਤਾਂ ਮੈਂ ਚੱਕ ਲੈਂਦੀ ਹਾਂ, ਜੇ ਅਮਨਿੰਦਰ ਵਿਹਲੀ ਹੈ ਤਾਂ ਅਮਨਿੰਦਰ ਚੱਕ ਲੈਂਦੀ ਆ। ਅਤੇ ਹੁਣ ਅਸੀਂ ਗੰਗਾ ਮੰਗਾ ਸੀਗੇ ਅਤੇ ਮੰਮੀ ਦਾ ਸਪੈਸ਼ਲ ਫੋਨ ਆਇਆ, ਮੰਮੀ ਉਹਦੀ ਕਦੋਂ ਕਹੂੰਗਾ, ਮੈਂ ਤਾਂ ਬੰਨੀ ਬੈਠੀ ਹਾਂ। ਹੈਂ ਹਾਂ ਮੰਮੀ ਨੇ ਵਟਸਐਪ 'ਤੇ ਫੋਨ ਲਾਤਾ, ਬਣ ਗਈ ਲਓ ਬਈ ਤੁਹਾਨੂੰ ਮੈਂ ਦਿਖਾਉਣੀ ਹਾਂ ਆਪਣੀ ਚੀਜ਼ ਚਿੱਲੀ ਬਣ ਕੇ ਰੈਡੀ ਆ, ਢਾਬਾ ਸਟਾਈਲ ਬਣ ਗਈ ਦੇਖ ਲਓ, ਅਤੇ ਟਰਾਈ ਜ਼ਰੂਰ ਕਰਕੇ ਦੇਖਿਓ। ਜੇ ਆਪਾਂ ਕੱਲ੍ਹ ਸ਼ਾਹੀ ਪਨੀਰ ਦੀ ਰੈਸਪੀ ਵੀ ਸ਼ੇਅਰ ਕੀਤੀ ਸੀਗੀ ਅਤੇ ਜਿਹਨਾਂ ਜਿਹਨਾਂ ਨੇ ਸ਼ਾਹੀ ਪਨੀਰ ਬਣਾ ਕੇ ਦੇਖਿਆ। ਹਾਂ ਚੀਜ਼ ਚਿੱਲੀ ਦੀ ਰੈਸਪੀ ਉਹਦੇ ਨਾਲ ਆਪਾਂ ਉਵੇਂ ਗਿਆ ਸੀ ਵੀ ਆਪਾਂ ਚੀਜ਼ ਚਿੱਲੀ ਬਣਾਉਣੀ ਆ, ਬਟ ਉਹਦੀ ਆਪਾਂ ਰੈਸਪੀ ਨਹੀਂ ਸੀ ਸ਼ੇਅਰ ਕੀਤੀ ਤਾਜੇ ਤਾਂ। ਹਾਂਜੀ ਪੁੱਤ ਮੈਂ ਫੋਨ 'ਤੇ ਗੱਲ ਕਰ ਰਹੀ ਹਾਂ, ਆਪਾਂ ਵਲੌਗ ਬਣਾਉਣੇ ਆ ਤੈਨੂੰ ਪਤਾ, ਤਾਜੇ ਤਾਂ ਆਪਾਂ ਵਲੌਗ ਬਣਾਉਣੇ ਆ ਪੁੱਤੂ। ਅਤੇ ਉਹਦੇ ਥੱਲੇ ਨਾ ਕਮੈਂਟ ਆਈ ਜਾਂਦੇ ਸੀ ਵੀ ਚੀਜ਼ ਚਿੱਲੀ ਦੀ ਰੈਸਪੀ ਵੀ ਜ਼ਰੂਰ ਸ਼ੇਅਰ ਕਰਿਓ, ਤਾਂ ਕਰਕੇ ਅੱਜ ਚਲੋ ਸਵਾਬੀ ਬਣ ਗਿਆ ਵੀ ਚੀਜ਼ ਚਿੱਲੀ ਦੀ ਰੈਸਪੀ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਤੀ ਅਤੇ ਕੱਲ੍ਹ ਸ਼ਾਹੀ ਪਨੀਰ ਦੀ ਰੈਸਪੀ ਸ਼ੇਅਰ ਕਰਤੀ ਅਤੇ ਬਾਕੀ ਜੇ ਕੋਈ ਹੋਰ ਨਵੀਂ ਚੀਜ਼ ਬਣਾਵਾਂਗੇ ਤਾਂ ਜ਼ਰੂਰ ਸ਼ੇਅਰ ਕਰਾਂਗੇ। ਬਾਕੀ ਅਮਰਿੰਦਰ ਦਾ ਜਿਹੜਾ ਇੱਕ ਟੈਸਟ ਆ ਲਓ ਜੀ ਚੈੱਕ ਕਰੋ, ਅਮਰਿੰਦਰ ਦਾ ਜਿਹੜਾ ਇੱਕ ਟੈਸਟ ਆ ਉਹ ਪ੍ਰਸ਼ਾਦ ਬਣਾਉਣ ਵਾਲਾ ਉਹ ਵੀ ਆਪਾਂ ਲਵਾਂਗੇ। ਬਸ ਆਪਾਂ ਇੱਕ ਅੱਧੇ ਦਿਨ 'ਚ ਸੂਜੀ ਮੰਗਾਉਣੇ ਆ
ਤੇ ਉਹ ਵੀ ਆਪਾਂ ਬਿਨਾਂ ਦੱਸੇ ਤੋਂ ਚਲੋ ਅਮਰਿੰਦਰ ਟੇਸਟ ਕਰਕੇ ਦੱਸ ਦੂਗੀ ਤੇ ਉਸ ਤੋਂ ਬਾਅਦ ਖਾਂਦੇ ਆਪਾਂ ਰੋਟੀ ਪਾਣੀ।